ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਲੈਮਨ ਬੁਟੀਕ ਤੋਂ, ਅੱਜ ਆਪਾਂ ਤੁਹਾਡੇ ਲਈ ਕੁਛ ਡਿਫਰੈਂਟ ਲੈ ਕੇ ਆਏ ਹਾਂ ਜੀ। ਇਹ ਜੋ ਤੁਸੀਂ ਦੇਖ ਰਹੇ ਹੋ, ਇਹ ਆਪਾਂ ਰੁਮਾਲਾ ਸਾਹਿਬ ਰੈਡੀ ਕਰ ਰਹੇ ਹਾਂ ਜੀ। ਆਪਾਂ ਰੁਮਾਲਾ ਸਾਹਿਬ ਦੇ ਉੱਪਰ ਜਿੱਦਾਂ ਇਹ ਤੁਸੀਂ ਵਰਕ ਹੁੰਦਾ ਦੇਖ ਰਹੇ ਹੋ, ਇਹ 4 ਸਾਈਡ ਬੇਲ ਪਾ ਰਹੇ ਹਾਂ ਜੀ। ਜਿਸ ਟਾਈਪ ਨਾਲ ਆਪਾਂ ਇਹਦੇ ਵਿੱਚ ਪਾਈ ਹੋਈ ਆ, ਉਹ ਤੁਸੀਂ ਦੇਖ ਸਕਦੇ ਹੋ ਜੀ। ਬਹੁਤ ਹੀ ਫਿਨਿਸ਼ਿੰਗ ਦੇ ਨਾਲ ਇਹਦਾ ਆਪਾਂ ਵਰਕ ਕੀਤਾ ਗਿਆ। ਕਲਰ ਇਹਦਾ ਹੈਗਾ ਜੀ ਰੋਇਲ ਬਲੂ ਜਿਹਾ ਸ਼ੇਡ ਹੈ, ਔਰ ਫੈਬਰਿਕ ਹੈਗਾ ਜੀ ਲੀਜ਼ੀ ਵਿਜੀ ਦਾ ਫੈਬਰਿਕ ਹੈ। 1.5 ਮੀਟਰ ਦੀ ਇਹਦੀ ਲੈਂਥ ਹੋਏਗੀ। ਆਪਾਂ ਜਿਹੜੇ ਵੀ ਕਸਟਮਰ ਦੀ ਡਿਮਾਂਡ ਦੇ ਇਹ ਰੈਡੀ ਕਰ ਰਹੇ ਹਾਂ, ਉਹਨਾਂ ਨੇ ਆਪਾਂ ਨੂੰ ਮੈਜ਼ਰਮੈਂਟ ਦਿੱਤਾ ਸੀਗਾ, ਉਸ ਦੇ ਅਕੋਰਡਿੰਗ ਆਪਾਂ ਇਹ ਰੈਡੀ ਕਰ ਰਹੇ ਹਾਂ। ਇਹਦੇ ਸੈਂਟਰ ਦੇ ਵਿੱਚ ਆਪਾਂ ਏਕਮਕਾਰ ਪਾਵਾਂਗੇ ਜੀ। ਫੁੱਲ ਲੁੱਕ ਜਦੋਂ ਇਹਨਾਂ ਦੀ ਰੈਡੀ ਹੋ ਜਾਏਗੀ ਤਾਂ ਆਪਾਂ ਤੁਹਾਨੂੰ ਉਸ ਤੋਂ ਬਾਅਦ ਵੀ ਵੀਡੀਓ ਬਣਾ ਕੇ ਦਿਖਾਵਾਂਗੇ। 4 ਸਾਈਡ ਦੇ ਬੇਲ ਪਾਈ ਹੋਈ ਆ, ਉਹ ਤੁਸੀਂ ਦੇਖ ਸਕਦੇ ਹੋ। ਫਿਨਿਸ਼ਿੰਗ ਵਰਕ ਦੀ ਤੁਸੀਂ ਦੇਖ ਸਕਦੇ ਹੋ, ਜੋ ਇਹ ਸਾਈਡ 'ਤੇ ਕਟਿੰਗ ਹੈਗੀ ਆ ਜੀ, ਜਿੱਥੋਂ ਆਪਾਂ ਕੱਟ ਕੀਤਾ ਹੋਇਆ ਉੱਥੇ ਆਪਾਂ ਪੀਕੋ ਕਰਕੇ ਇਹਦੀ ਫਿਨਿਸ਼ਿੰਗ ਦੇ ਦਾਂਗੇ ਜੀ, ਜਿਹਦੇ ਨਾਲ ਕਿ ਇਹ ਕੰਪਲੀਟ ਰੈਡੀ ਹੋ ਜਾਏਗਾ। ਇਹਦੇ ਵਿੱਚ ਇੱਕ ਆਪਾਂ ਕਲਰ ਰੈਡੀ ਕੀਤਾ ਜੀ ਵਾਈਟ ਕਲਰ। ਇਹਦੇ 2 ਸਾਈਜ਼ ਆ ਜੀ, ਇੱਕ ਛੋਟੇ ਸਾਈਜ਼ ਦੇ ਵਿੱਚ 1 ਮੀਟਰ ਦੇ ਵਿੱਚ ਰੈਡੀ ਕੀਤਾ, ਅਤੇ ਦੂਸਰਾ ਇਹਨੂੰ ਆਪਾਂ 1.5 ਮੀਟਰ ਦੇ ਵਿੱਚ ਵੀ ਰੈਡੀ ਕੀਤਾ ਹੋਇਆ। ਸੇਮ ਹੀ ਬੇਲ ਪਾਈ ਹੋਈ ਆ, ਬਲੂ ਕਲਰ ਦੇ ਆਪਾਂ ਡਿਫਰੈਂਟ ਕਲਰ ਡਿਜ਼ਾਈਨ ਦੀ ਬੇਲ ਪਾਈ ਆ, ਔਰ ਇਸ ਦੇ ਉੱਪਰ ਆਪਾਂ ਡਿਫਰੈਂਟ ਡਿਜ਼ਾਈਨ ਜਿਹੜਾ ਹੈਗਾ ਉਹ ਪਾਇਆ ਹੋਇਆ। ਵੱਡੇ ਪੀਸ ਜੋ ਆਪਾਂ ਵੱਡਾ ਸਾਈਜ਼ ਰੈਡੀ ਕੀਤਾ ਜੀ, ਉਹਦੇ ਵਿੱਚ ਸੈਂਟਰ 'ਚ ਆਪਾਂ ਏਕਮਕਾਰ ਜਾਂ ਸਤਨਾਮ ਸ਼੍ਰੀ ਵਾਹਿਗੁਰੂ ਲਿਖਾਂਗੇ। ਛੋਟੇ ਪੀਸ ਜੋ ਮੀਟਰ ਵਾਲੇ ਆ, ਉਹਨਾਂ ਵਿੱਚ ਆਪਾਂ ਸੈਂਟਰ ਜਿਹੜਾ ਹੈਗਾ ਉਹ ਖਾਲੀ ਰੱਖਾਂਗੇ ਜੀ। ਵਰਕ ਤੁਸੀਂ ਦੇਖ ਸਕਦੇ ਹੋ, ਫੈਬਰਿਕ ਸਭ ਦਾ ਸੇਮ ਹੋਏਗਾ ਜੀ ਲੀਜ਼ੀ ਬੀਜੀ ਦਾ। ਇਹਦੇ ਵਿੱਚ ਆਪਾਂ 14 ਪੀਸ ਰੈਡੀ ਕਰਨੇ ਆ। ਜਦੋਂ ਸਾਰੇ ਪੀਸ ਟੋਟਲ ਰੈਡੀ ਹੋ ਗਏ ਤਾਂ ਵੀ ਤੁਹਾਨੂੰ ਆਪਾਂ ਇਹਨਾਂ ਦੀ ਫੁੱਲ ਲੁੱਕ ਦਿਖਾਵਾਂਗੇ। ਬਾਕੀ ਤੁਸੀਂ ਅਗਰ ਕੋਈ ਵੀ ਪਰਸਨ ਇਹਨਾਂ ਦਾ ਸਾਨੂੰ ਔਡਰ ਦੇਣਾ ਚਾਹੁੰਦਾ, ਚਾਹੇ ਗੁਰਦੁਆਰਾ ਸਾਹਿਬ ਲਈ ਜਾਂ ਫਿਰ ਆਪਣੇ ਘਰ ਵਿੱਚ ਰੱਖਣ ਦੇ ਲਈ, ਤਾਂ ਵੀ ਤੁਸੀਂ ਸਾਨੂੰ ਮੇਰੇ ਡਿਸਕ੍ਰਿਪਸ਼ਨ 'ਚ ਦਿੱਤੇ ਗਏ ਨੰਬਰ 'ਤੇ ਔਡਰ ਕਰ ਸਕਦੇ ਹੋ। ਆਪਾਂ ਤੁਹਾਨੂੰ ਵਿਦਇਨ ਵੀਕ ਜਾਂ 10 ਡੇਜ਼ ਦੇ ਵਿੱਚ ਸਾਰਾ ਇਹ ਰੈਡੀ ਕਰਕੇ ਦੇ ਦਾਂਗੇ ਜੀ। ਬਹੁਤ ਹੀ ਫਿਨਿਸ਼ਿੰਗ ਨਾਲ ਕੰਮ ਹੁੰਦਾ, ਵਰਕ ਤੁਸੀਂ ਦੇਖ ਸਕਦੇ ਹੋ। ਚਲੋ ਜੀ, ਮਿਲਦੇ ਹਾਂ ਨਵੀਂ ਕਲੈਕਸ਼ਨ ਦੇ ਨਾਲ। ਥੈਂਕ ਯੂ।